ਅੱਜ ਮੂਰਖ 5 ਮਾਰਚ ਹੈ ਜੀ ਅਤੇ ਬਰੋਜ਼ ਮੰਗਲ ਗੱਲਾਵੰਡੀ ਆਰਫ ਵਾਲਾ ਦੀ ਅਪਡੇਟ ਲੈ ਕੇ ਅਸੀਂ ਹਾਜ਼ਰ ਹੋਏ ਹਾਂ ਜੀ। ਸਭ ਤੋਂ ਪਹਿਲਾਂ ਤੁਹਾਨੂੰ ਥੋੜ੍ਹਾ ਜਿਹਾ ਕੈਮਰਾ ਘੁਮਾ ਕੇ ਦਿਖਾ ਦਈਏ। ਇਸ ਗੇਟ 'ਤੇ ਟੀ ਘਟੇ ਰਹੀਆਂ, ਬਾਕੀ ਅਰਾਈਵਲ ਅੱਜ ਕੰਮ ਠੀਕ ਹੈ। ਸਭ ਤੋਂ ਪਹਿਲਾਂ ਗੱਲ ਕਰਾਂਗੇ ਝੋਨੇ ਦੀ 1509 ਦੀ, 1509 ਦੀ ਜਿਹੜੀ ਮਾਰਕੀਟ ਹੈਗੀ ਹੈ 4800 ਰੁਪਏ ਤੋਂ ਲਾ ਕੇ 5250 ਰੁਪਏ ਤੱਕ ਮਾਰਕੀਟ ਰਿਕਾਰਡ ਕੀਤੀ ਗਈ ਹੈ ਠੀਕ ਹੈ ਜੀ। ਕਾਇਨਾਤ ਦੀ ਜਿਹੜੀ ਮਾਰਕੀਟ ਅੱਜ ਰਿਕਾਰਡ ਕੀਤੀ ਗਈ ਹੈ 5000 ਰੁਪਏ ਤੋਂ ਲਾ ਕੇ 5400 ਰੁਪਏ ਤੱਕ ਐਂਡ ਟੂ ਐਂਡ ਮਾਰਕੀਟ ਰਿਕਾਰਡ ਕੀਤੀ ਗਈ ਹੈ ਠੀਕ ਹੈ। ਬਾਕੀ ਝੋਨੇ ਦੇ ਵਿੱਚ ਮੰਦੀ ਹੈ ਅੱਜ, ਅਤੇ ਅੱਜ ਝੋਨੇ ਦੀ ਜਿਹੜੀ ਅਰਾਈਵਲ ਆ ਉਹ ਠੀਕ ਠਾਕ ਆਈ ਹੈ। ਆਹੀ ਦੋ ਢੇਰੀਆਂ ਦੇਖਣ ਨੂੰ ਨਜ਼ਰ ਆ ਰਹੀਆਂ ਵਾ, ਯਾਨੀ ਕਿ ਕਾਇਨਾਤ ਅਤੇ 1509 ਹੀ ਵੇਖਣ ਨੂੰ ਮਾਲ ਨਜ਼ਰ ਆ ਰਿਹਾ, ਬਾਕੀ ਦੂਸਰਾ ਮਾਲ ਨਹੀਂ ਨਜ਼ਰ ਆ ਰਿਹਾ ਬਿਲਕੁਲ ਵੀ ਠੀਕ ਹੈ। ਅਤੇ ਆਦੇਸਾ ਦੇ ਉਹ ਬੜੀ ਪਿਆਰੀ ਅਤੇ ਲੰਮੀ ਚੌੜੀ ਢੇਰੀ ਤੁਹਾਨੂੰ ਦਿਖਾ ਰਹੇ ਹਾਂ, ਇਹ 400 ਵਿੱਚ ਸੇਲ ਹੋਈ ਹੈ, ਮਤਲਬ 5400 ਰੁਪਏ ਦੇ ਵਿੱਚ ਇਹ ਸੇਲ ਆਊਟ ਹੋਈ ਹੈ। ਅੱਗੇ ਚੱਲਦੇ ਹਾਂ ਮੱਕੀ ਦੀ ਤਰਫ, ਉਸ ਤੋਂ ਪਹਿਲਾਂ ਤੁਹਾਨੂੰ ਥੋੜ੍ਹਾ ਜਿਹਾ ਦਿਖਾਵਾਂਗੇ ਮੱਕੀ ਦੀਆਂ ਢੇਰੀਆਂ ਵੀ ਠੀਕ ਠਾਕ ਆ। ਬਾਕੀ ਅਗਰ ਅਰਾਈਵਲ ਦੀ ਗੱਲ ਕਰੀਏ, ਮੱਕੀ ਦੀ ਤਕਰੀਬਨ ਅੱਜ ਜਿਹੜੀ ਅਰਾਈਵਲ ਹੈਗੀ ਆ ਉਹ ਮੰਡੀ ਦੇ ਵਿੱਚ 50% ਹੈਗੀ, ਯਾਨੀ ਕਿ ਅੱਧੀ ਮੰਡੀ ਵਿਹਲੀ ਪਈ ਹੈ ਅਤੇ ਅੱਧੀ ਮੰਡੀ ਦੇ ਵਿੱਚ ਅੱਜ ਅਰਾਈਵਲ ਹੈਗੀ ਆ। ਬਾਕੀ ਮੱਕੀ ਦੇ ਵਿੱਚ ਥੋੜ੍ਹੀ ਤੇਜ਼ੀ ਰਿਕਾਰਡ ਕੀਤੀ ਗਈ ਹੈ। ਤੇਜ਼ੀ ਇਸ ਤਰ੍ਹਾਂ ਵਾ ਕਿ ਜਿਹੜੇ ਕਿਸਾਨ ਵੀ ਸਾਡੇ ਯੂਟਿਊਬ ਚੈਨਲ ਐਗਰੀਕਲਚਰ ਹੱਬ 'ਤੇ ਨਵੇਂ ਆ, ਚੈਨਲ ਨੂੰ ਸਬਸਕ੍ਰਾਈਬ ਕਰ ਦੇਣ, ਬੈਲ ਆਈਕਨ 'ਤੇ ਕਲਿੱਕ ਕਰ ਦੇਣ ਤਾਂ ਕਿ ਸਾਡੀ ਡੇਲੀ ਬੇਸ ਦੀ ਵੀਡੀਓ ਬਾਅਦ ਸਾਨੂੰ ਤੁਹਾਡੇ ਤੱਕ ਪਹੁੰਚ ਸਕੇ ਠੀਕ ਹੈ ਜੀ। ਆਹ ਜਿਹੜੀ ਢੇਰ 'ਤੇ ਖੜੇ ਹਾਂ ਜੀ, ਇਹ ਢੇਰੀ ਸੇਲ ਆਊਟ ਹੋਈ ਹੈ 2185 ਰੁਪਏ ਦੇ ਵਿੱਚ, ਤੁਹਾਨੂੰ ਅਸੀਂ ਦਾਣੇ ਵੀ ਚੱਕ ਕੇ ਦਿਖਾਉਂਦੇ ਹਾਂ, ਤੁਸੀਂ ਦੇਖ ਲਓ ਬੜੀ ਸਾਫ਼ ਸੁਥਰੀ ਮੱਕੀ ਹੈ। ਅੱਜ ਐਂਡ ਟੂ ਐਂਡ ਜਿਹੜੀ ਮੱਕੀ ਮੰਡੀ ਦੇ ਵਿੱਚ ਸੇਲ ਆਊਟ ਹੁੰਦੀ ਵੀ ਹੈ 2250 ਰੁਪਏ ਤੱਕ ਮਾਲ ਹੈਗਾ ਵਾ, ਘੱਟ ਤੋਂ ਘੱਟ 1800 ਰੁਪਏ ਅਤੇ ਵੱਧ ਤੋਂ ਵੱਧ ਜਿਹੜਾ ਅੱਜ ਮਾਲ ਸੇਲ ਆਊਟ ਹੋਇਆ ਵਾ 2250 ਰੁਪਏ ਤੱਕ ਸੇਲ ਆਊਟ ਹੁੰਦਾ ਪਿਆ ਵਾ ਠੀਕ ਹੈ। ਹੁਣ ਇਹ ਤਰਤੀਬ ਕਿਵੇਂ ਆ ਜੀ, ਉਹ ਵੀ ਤੁਹਾਨੂੰ ਜ਼ਰਾ ਥੋੜ੍ਹੀ ਦੱਸਦੇ ਚੱਲੀਏ ਕਿ ਐਵਰੇਜ ਮਾਲ ਜਿਹੜਾ ਸੇਲ ਆਊਟ ਹੁੰਦਾ ਪਿਆ ਵਾ ਉਹ ਸੇਲ ਆਊਟ ਹੁੰਦਾ ਪਿਆ ਵਾ 2000 ਰੁਪਏ ਤੋਂ ਲੱਗ ਕੇ ਅਤੇ 2250 ਰੁਪਏ ਤੱਕ ਐਵਰੇਜ ਮਾਲ ਸੇਲ ਆਊਟ ਹੁੰਦਾ ਪਿਆ, ਯਾਨੀ ਕਿ ਜ਼ਿਆਦਾਤਰ ਮਾਲ ਜਿਹੜਾ ਹੈਗਾ ਵਾ ਉਹ ਇਸ ਰੂਟੀਨ ਦੇ ਵਿੱਚ ਸੇਲ ਆਊਟ ਹੁੰਦਾ ਪਿਆ ਵਾ। ਜਿਹੜਾ ਹਲਕਾ ਮਾਲ ਆ ਥੋੜ੍ਹਾ ਜਿਹਾ ਨਾਕਸ ਮਾਲ ਆ ਉਹ ਸੇਲ ਆਊਟ ਹੁੰਦਾ ਪਿਆ ਵਾ ਜੀ 1800 ਰੁਪਏ ਤੋਂ ਲੱਗ ਕੇ 2000 ਰੁਪਏ ਦੇ ਵਿੱਚ, ਉਹਦੇ ਦਰਮਿਆਨ ਮਾਲ ਸੇਲ ਆਊਟ ਹੁੰਦਾ ਪਿਆ। ਆਹ ਜਿਹੜੀ ਢੇਰ 'ਤੇ ਖੜੋਤੇ ਸੀ ਇਹ 2100 ਦੇ ਵਿੱਚ ਸੇਲ ਆਊਟ ਹੋਈ ਹੈ, ਕਿਉਂਕਿ ਇਹ ਥੋੜ੍ਹੀ ਜਿਹੀ ਮੱਠੀ ਢੇਰੀ ਹੈ ਠੀਕ ਹੈ ਜੀ। ਹੁਣ ਅੱਗੇ ਤੁਰੇ ਚੱਲਾਂਗੇ, ਜ਼ਰਾ ਤੁਹਾਨੂੰ ਇੱਧਰਲੀ ਸਾਈਡ ਕਲੀਅਰ ਕਰਵਾ ਦਈਏ ਥੋੜ੍ਹੀ ਜੀ ਠੀਕ ਹੈ। ਆਹ ਤੋਲ ਲੱਗਿਆ ਤੁਸੀਂ ਦੇਖ ਸਕਦੇ ਹੋ, ਮੱਕੀ ਦਾ ਹੀ ਤੋਲ ਆ, ਅਤੇ ਇੱਧਰ ਨੂੰ ਚੱਲਾਂਗੇ, ਇੱਧਰਲੀ ਸਾਈਡ ਤੋਂ ਦਿਖਾ ਕੇ ਅੱਗੇ ਵੱਧਦੇ ਹਾਂ। ਇਸ ਤੋਂ ਬਾਅਦ ਗੱਲ ਕਰਦੇ ਹਾਂ ਤਿਲਾਂ ਦੀ, ਤਿਲਾਂ ਦੀ ਮਾਰਕੀਟ ਉਸੇ ਤਰ੍ਹਾਂ ਕਮਜ਼ੋਰ ਆ, 17000 ਰੁਪਏ ਤੋਂ ਲਾ ਕੇ 18000 3400 ਰੁਪਏ ਤੱਕ ਤਿਲ ਦੀ ਮਾਰਕੀਟ ਰਿਕਾਰਡ ਕੀਤੀ ਗਈ ਹੈ ਜੀ ਠੀਕ ਹੈ। ਅਗਰ ਇਸ ਤੋਂ ਬਾਅਦ ਗੱਲ ਕਰ ਲਈਏ ਆਪਾਂ ਸਰੋਂ ਦੀ, ਸਰੋਂ ਜਿਹੜੀ ਨਵੀਂ ਆ ਰਹੀ ਹੈ ਅਰਾਈਵਲ ਹੋ ਰਹੀ ਹੈ ਉਹਦੀ ਮਾਰਕੀਟ ਹੈਗੀ 5000 ਰੁਪਏ ਤੋਂ ਲਾ ਕੇ 5500 ਰੁਪਏ ਤੱਕ, ਅਤੇ ਪੁਰਾਣੀ ਸਰੋਂ ਹੈਗੀ ਹੈ ਜੀ 5800 ਰੁਪਏ ਤੋਂ ਲਾ ਕੇ 6300 ਰੁਪਏ ਤੱਕ ਪੁਰਾਣੀ ਸਰੋਂ ਵੀ ਸੇਲ ਹੁੰਦੀ ਪਈ ਹੈ। ਅੱਗੇ ਅੱਗੇ ਤੁਰੇ ਚੱਲਦੇ ਹਾਂ, ਗੰਦਮ ਦੀ ਜਿਹੜੀ ਲੋਕਲ ਮਾਰਕੀਟ ਹੋ ਰਹੀ ਹੈ ਇਸ ਟਾਈਮ, ਯਾਨੀ ਕਿ ਬਾਰ ਬਾਰ ਸੇਲ ਆਊਟ ਹੁੰਦੀ ਪਈ ਹੈ, ਉਹ ਇਸ ਟਾਈਮ 4700 ਤੋਂ 4800 ਰੁਪਏ ਫੀ ਮੰਨ ਦੇ ਹਿਸਾਬ ਨਾਲ ਗੰਦਮ ਜਿਹੜੀ ਹੈਗੀ ਹੈ ਸੇਲ ਆਊਟ ਹੁੰਦੀ ਪਈ ਹੈ ਜੀ ਠੀਕ ਹੈ। ਅਗਰ ਬਾਜਰੇ ਦੀ ਗੱਲ ਕਰ ਲਈਏ, ਬਾਜਰਾ ਦੀ ਮਾਰਕੀਟ ਜਿਹੜੀ ਹੈਗੀ ਹੈ 2800 ਤੋਂ ਲੱਗ ਕੇ 3000 ਰੁਪਏ ਤੱਕ ਬਾਜਰੇ ਦੀ ਮਾਰਕੀਟ ਰਿਕਾਰਡ ਕੀਤੀ ਗਈ ਹੈ। ਅੱਗੇ ਤੁਰੇ ਜਾਂਦੇ ਹਾਂ, ਦੇਖ ਸਕਦੇ ਹੋ ਤੁਸੀਂ ਕਿ ਝੋਨੇ ਦੀ ਅਰਾਈਵਲ ਠੀਕ ਠਾਕ ਹੈਗੀ ਹੈ। ਬਾਕੀ ਮੰਡੀ ਦੇ ਇਸ ਸਾਈਡ 'ਤੇ ਜ਼ਿਆਦਾ ਮਾਲ ਸੀਗਾ, ਜਿੱਧਰ ਅਸੀਂ ਜਾ ਰਹੇ ਹਾਂ ਉੱਧਰਲੇ ਸਾਈਡ 'ਤੇ ਮਾਲ ਕਾਫੀ ਕਮ ਹੈਗਾ ਵਾ ਠੀਕ ਹੈ। ਅਗਰ ਪੁਰਾਣੀ ਮੱਕੀ ਦੀ ਗੱਲ ਕਰ ਲਈਏ, ਪੁਰਾਣੀ ਮੱਕੀ ਦੀਆਂ ਵੀ ਢੇਰੀਆਂ ਸਾਨੂੰ ਦੇਖਣ ਨਜ਼ਰ ਆ ਰਹੀਆਂ। ਪੁਰਾਣੀ ਮੱਕੀ ਦੀ ਇਸ ਟਾਈਮ ਜਿਹੜੀ ਸੂਰਤ ਹਾਲ ਆ ਉਹ ਹੈਗੀ ਹੈ ਜੀ 1800 ਰੁਪਏ ਤੋਂ ਲੱਗ ਕੇ 2100 ਰੁਪਏ ਤੱਕ ਪੁਰਾਣੀ ਮੱਕੀ ਦੀ ਵੀ ਮਾਰਕੀਟ ਇੱਥੋਂ ਤੱਕ ਰਹਿ ਗਈ ਹੈ। ਇਹ ਸੀ ਸਾਡੇ ਕੋਲ ਗੱਲਾਂ ਮੰਡੀ ਆਰਫਵਾਲਾ ਦੇ ਵਿੱਚ ਸਰੀ ਜਨਾਸ ਦੀ ਅਪਡੇਟ ਜਿਹੜੀ ਮੈਂ ਆਪਣੇ ਕਿਸਾਨ ਭਾਈ ਨਾਲ ਸ਼ੇਅਰ ਕੀਤੀ, ਅਤੇ ਹੁਣ ਸਾਨੂੰ ਦਿਓ ਇਜਾਜ਼ਤ, ਅੱਲਾ ਹਾਫਿਜ਼।